ਅੰਮ੍ਰਿਤਸਰ ਦੇ ਸੰਦੀਪ ਲੋੜਾ ਸਾਂਝਾ ਪੰਜਾਬ ਟੀਵੀ ਦਾ ਰਿਪੋਰਟਰ ਵਿਨੋਦ ਸ਼ਰਮਾ ਜੀ ਮੇਰਾ ਨਾਮ ਹੈ ਜੀ। ਅਸੀਂ ਮਹਾਂਦੇਵ ਸ਼ਵਾਲਾ ਮੰਦਰ ਕਮੇਟੀ ਦੇ ਮੈਂਬਰ ਹਾਂ ਜੀ ਅਤੇ ਅਸੀਂ ਆਪਣੇ ਵੱਲੋਂ ਜੀ ਆ ਗਰੀਬ ਪਰਿਵਾਰਾਂ ਨੂੰ ਆਪਣੇ ਵੱਲੋਂ ਰਾਸ਼ਨ ਵੰਡਦੇ ਹਾਂ ਜਦੋਂ ਦਾ ਕਰੋਨਾ ਵਾਇਰਸ ਫੈਲਿਆ ਹੈ। ਰਾਸ਼ਨ ਕਿਹੜੀ ਚੀਜ਼ ਵੰਡਦੇ ਪਏ ਹੋ? ਰਾਸ਼ਨ 'ਚ ਆਪਾਂ ਚੌਲ ਦੇ ਰਹੇ ਹਾਂ, ਨਾਲ ਦਾਲ ਦੇ ਰਹੇ ਹਾਂ ਜੀ ਅਤੇ ਨਾਲ ਆਟਾ ਦੇ ਰਹੇ ਹਾਂ ਜੀ। ਸਰ ਦੇਖੋ ਸਰ, ਇਹ ਬਿਮਾਰੀ ਜਿਹੜੀ ਬੜੀ ਭਿਆਨਕ ਬਿਮਾਰੀ ਹੈਗੀ ਹੈ, ਆਪਾਂ ਇਹੋ ਸਾਰਿਆਂ ਨੂੰ ਕਹਾਂਗੇ ਵੀ ਹਰ ਬੰਦਾ ਆਪਣੇ ਆਪਣੇ ਘਰੇ ਰਹੇ। ਕੁਛ ਅਸੀਂ ਵੀ ਆਪਣੇ ਮਹਾਂਦੇਵ ਸ਼ਵਾਲਾ ਕਮੇਟੀ ਦੇ ਮੈਂਬਰ ਵੱਲੋਂ, ਮੈਂ ਪ੍ਰਧਾਨ ਹੈਗਾ ਜੀ, ਜੋ ਵੀ ਆਪਣਾ ਹੁੰਦਾ ਆਪਾਂ ਦੇਣ ਦੇ ਰਹੇ ਹਾਂ। ਜਿੱਥੇ ਜਿਹੜਾ ਸਾਨੂੰ ਜ਼ਰੂਰਤਮੰਦ ਕੋਈ ਪਰਿਵਾਰ ਲੱਗਦਾ ਹੈ, ਜਿਹੜੀ ਸਾਨੂੰ ਸਹਾਇਤਾ ਹੁੰਦੀ ਆਪਾਂ ਸਾਰੇ ਦੀ ਕਰਦੇ ਪਏ ਹਾਂ ਜੀ। ਠੀਕ ਹੈ ਜੀ, ਅਤੇ ਬਾਕੀ ਚਲੋ ਸਰਕਾਰ ਵੀ ਬਹੁਤ ਕਰ ਰਹੀ ਹੈ, ਕੋਈ ਐਸੀ ਗੱਲ ਨਹੀਂ ਹੈਗੀ। ਅਤੇ ਕੋਈ ਲੋਕ ਜਿਹੜੇ ਝੂਠੀਆਂ ਹਵਾਵਾਂ ਫੈਲਾਉਂਦੇ ਵੀ ਸਾਡੇ ਕੋਲ ਕੁਛ ਨਹੀਂ ਹੈਗਾ, ਉਹ ਝੂਠੀਆਂ ਹਵਾਵਾਂ ਨਾ ਫੈਲਾਉਣ। ਜਬ ਜ਼ੀਰੋ ਦੀਆ ਮੇਰੇ ਭਾਰਤ ਨੇ, ਭਾਰਤ ਨੇ ਮੇਰੇ ਭਾਰਤ ਨੇ, ਦੁਨੀਆ ਕੋ ਤਬ ਗਿਣਤੀ ਆਈ, ਤਾਰੋਂ ਕੀ ਭਾਸ਼ਾ ਭਾਰਤ ਨੇ, ਦੁਨੀਆ ਕੋ ਪਹਿਲੇ ਸਿਖਲਾਈ, ਦੇਤਾ ਨਾ ਦਸ਼ਮ ਲੋ ਭਾਰਤ ਤੋ, ਯੂੰ ਚਾਂਦ ਪੇ ਜਾਣਾ ਮੁਸ਼ਕਿਲ ਥਾ, ਧਰਤੀ ਔਰ ਚਾਂਦ ਕੀ ਦੂਰੀ ਕਾ ਅੰਦਾਜ਼ਾ ਲਗਾਨਾ ਮੁਸ਼ਕਿਲ ਥਾ, ਸਭਿਅਤਾ ਜਹਾਂ ਪਹਿਲੇ ਆਈ, ਸਭਿਅਤਾ ਜਹਾਂ ਪਹਿਲੇ ਆਈ, ਪਹਿਲੇ ਜਨਮੀ ਹੈ ਜਹਾਂ ਪੇ ਕਲਾ, ਅਪਨਾ ਭਾਰਤ ਵੋ ਭਾਰਤ ਹੈ ਜਿਸਕੇ ਪੀਛੇ ਸੰਸਾਰ ਚਲਾ, ਸੰਸਾਰ ਚਲਾ ਔਰ ਆਗੇ ਬੜਾ, ਯੂੰ ਆਗੇ ਬੜਾ ਬੜਤਾ ਹੀ ਗਿਆ, ਭਗਵਾਨ ਕਰੇ ਇਹ ਔਰ ਬੜੇ, ਬੜਤਾ ਹੀ ਰਹੇ ਔਰ ਫੂਲੇ ਫਲੇ, ਬੜਤਾ ਹੀ ਰਹੇ ਔਰ ਫੂਲੇ ਫਲੇ। ਚੁੱਪ ਕਿਉਂ ਹੋ ਗਏ ਔਰ ਸੁਣਾ? ਹੈ ਪ੍ਰੀਤ ਜਹਾਂ ਕੀ ਰੀਤ ਸਦਾ, ਜਹਾਂ ਕੀ ਰੀਤ ਸਦਾ, ਹੈ ਪ੍ਰੀਤ ਜਹਾਂ ਕੀ ਰੀਤ ਸਦਾ, ਮੈਂ ਗੀਤ ਵਹਾਂ ਕੇ ਗਾਤਾ ਹੂੰ, ਭਾਰਤ ਕਾ ਰਹਿਨੇ ਵਾਲਾ ਹੂੰ, ਭਾਰਤ ਕੀ ਬਾਤ ਸੁਣਾਤਾ ਹੂੰ, ਹੈ ਪ੍ਰੀਤ ਜਹਾਂ ਕੀ ਰੀਤ ਸਦਾ। ਪਿਆਰ ਨਿਭਾਨਾ ਆਤਾ ਹੈ, ਜਿਸੇ ਮਾਨ ਚੁੱਕੀ ਸਾਰੀ ਦੁਨੀਆ ਹੋ, ਜਿਸੇ ਮਾਨ ਚੁੱਕੀ ਸਾਰੀ ਦੁਨੀਆ, ਮੈਂ ਬਾਤ ਵਹੀ ਦੁਹਰਾਤਾ ਹੂੰ, ਭਾਰਤ ਕਾ ਰਹਿਨੇ ਵਾਲਾ ਹੂੰ, ਭਾਰਤ ਕੀ ਬਾਤ ਸੁਣਾਤਾ ਹੂੰ, ਹੈ ਪ੍ਰੀਤ ਜਹਾਂ ਕੀ ਰੀਤ ਸਦਾ। ਜੀਤੇ ਹੋ ਕਿਸੀ ਨੇ ਦੇਸ਼ ਤੋ ਕਿਆ, ਹਮਨੇ ਤੋ ਦਿਲੋਂ ਕੋ ਜੀਤਾ ਹੈ, ਸੀਤਾ ਹੈ, ਇਤਨੇ ਪਾਵਨ ਹੈ ਲੋਗ
लोग जहां इतने पावन है लोग जहां मैं नित नित मैं नित नित शीश झुकाता हूँ भारत का रहने वाला हूँ भारत की बात सुनाता हूँ के बुलाते हैं कितना आदर इंसान तो क्या पत्थर भी पूजे जाते हैं उस धरती पे मैंने जन्म लिया उस धरती पे मैंने जन्म लिया ये सोच के मैं इतराता हूँ भारत का रहने वाला हूँ भारत की बात सुनाता हूँ है प्रीत जहाँ की रीत सदा जी मेरा नाम है जी अहीं महादेव ज्वाला मंदिर कमेटी के मैंबर हाँ जी तो अं अपने वालों जी आ गरीब परिवारों को अपने वालों राशन वंडन जदों का कोरोना वायरस फैलिया है राशन जब आप चौल दे रहे हैं नाल दाल दे रहे हैं जी तो नाल आटा दे रहे हैं जी सर किलो आटे का थोड़ा दे रहे हैं नाल दस किलो पांच किलो चौलों का थोड़ा जे नाल ते नाल एक किलो दाल दे रहे हैं जी ਅਸੀਂ ਆਪਣੇ ਕੋਲੋਂ ਕਮੇਟੀ ਦੇ ਮੈਂਬਰ ਹੈਗੇ ਹਾਂ ਜੀ ਮੈਂ ਅਤੇ ਗੁਲਜ਼ਾਰ ਭਾਅ ਜੀ ਇਹ ਸਾਡੇ ਸੱਜਣ ਹੈ ਜੀ ਨਾਲ ਡਾਕਟਰ ਸਾਹਿਬ ਅਸੀਂ ਤਿੰਨਾਂ ਜਣਿਆਂ ਨੇ ਰਲ ਕੇ ਕੰਟਰੀਬਿਊਟ ਕਰਕੇ ਅਸੀਂ ਇਹ ਸਾਰਾ ਸਮਾਨ ਵੰਡ ਰਹੇ ਹਾਂ ਜੀ ਕਿੰਨੇ ਇਲਾਕੇ 'ਚ ਵੰਡ ਕੇ ਆਏ ਰਾਸ਼ਨ ਅਸੀਂ ਹੁਣ ਜੀ ਨਸ਼ਹਿਰੇ ਵੰਡ ਕੇ ਆਏ ਹਾਂ ਧੁੱਪ ਸੜੀ ਵੰਡ ਕੇ ਆਏ ਹਾਂ ਮੁਸਤਾਬਾਦ 'ਚ ਵੰਡ ਕੇ ਆਏ ਹਾਂ ਜਵਾਹਰ ਨਗਰ 'ਚ ਵੰਡ ਕੇ ਆਏ ਹਾਂ ਸੰਧੂ ਕਲੋਨੀ ਵੰਡ ਕੇ ਆਏ ਹਾਂ ਜੀ ਅਤੇ ਆਪਣੇ ਇਲਾਕੇ ਲਾਗੇ ਲਕਸ਼ਮੀ ਵਿਹਾਰ ਦੇ ਵਿੱਚ ਵੀ ਜਿਹੜੇ ਕਿ ਲੋੜੀਂਦਾ ਘਰਾਂ ਦੇ ਵਿੱਚ ਜਿਹਨਾਂ ਜਿਹਨਾਂ ਜ਼ਰੂਰਤ ਸੀ ਉਹਨਾਂ ਨੂੰ ਦਿੱਤਾ ਹੈ ਜੀ ਲੋਕਾਂ ਨੂੰ ਇਹੀ ਮੈਸੇਜ ਹੈ ਜੀ ਆਪਣੇ ਆਪਣੇ ਘਰੋਂ ਘਰ ਹੀ ਰਹੋ ਸਰਕਾਰ ਵੱਲੋਂ ਵੀ ਤੁਹਾਨੂੰ ਹੋਰ ਥੋੜ੍ਹੇ ਦਿਨਾਂ ਤੱਕ ਰਾਸ਼ਨ ਮੁਹੱਈਆ ਹੋਏਗਾ ਅਸੀਂ ਜਿੰਨਾ ਕਰਨਾ ਸੀ ਆਪਣੇ ਵੱਲੋਂ ਕਰਦੇ ਪਏ ਹਾਂ ਬਾਕੀ ਸਾਡੀ ਸਰਕਾਰ ਵੀ ਕਰੇਗੀ ਜੋ ਵੱਧ ਤੋਂ ਵੱਧ ਉਹਨਾਂ ਕੋਲ ਵੀ ਹੋਏਗਾ ਅਤੇ ਜੋ ਸਾਡਾ ਸਾਥ ਹੋਏਗਾ ਅਸੀਂ ਦਿਆਂਗੇ ਆਪਣੇ ਕੋਲੋਂ ਅਤੇ ਸਾਰਿਆਂ ਕੋਲ ਆਪਣੇ ਆਪਣੇ ਘਰੋਂ ਘਰ ਹੀ ਰਹਿਣ ਅਤੇ ਇਹ ਕਰੋਨਾ ਵਾਇਰਸ ਜਿਹੜੀ ਬਿਮਾਰੀ ਫੈਲੀ ਹੋਈ ਹੈ ਇਹਦਾ ਬਚਾਅ ਤਾਂ ਹੀ ਕੀਤਾ ਜਾਏਗਾ ਕਿ ਜੇ ਆਪਾਂ ਆਪਣੇ ਘਰੋਂ ਘਰ ਹੀ ਰਹਾਂਗੇ ਅਤੇ ਤਾਂ ਹੀ ਸਾਰਿਆਂ ਨੂੰ ਆਪਣਾ ਫਾਇਦਾ ਹੈ ਜੀ ਇਹਦਾ ਸਰ ਇਹ ਬਿਮਾਰੀ ਜਿਹੜੀ ਬੜੀ ਭਿਆਨਕ ਬਿਮਾਰੀ ਹੈਗੀ ਹੈ ਆਪਾਂ ਇਹੋ ਸਾਰਿਆਂ ਨੂੰ ਕਹਾਂਗੇ ਵੀ ਹਰ ਬੰਦਾ ਆਪਣੇ ਆਪਣੇ ਘਰੇ ਰਹੇ ਕੁਛ ਹਸੀ ਵੀ ਆਪਣੇ ਮਹਾਂਦੇਸ਼ ਵਾਲਾ ਕਮੇਟੀ ਦੇ ਮੈਂਬਰ ਵੱਲੋਂ ਮੈਂ ਪ੍ਰਧਾਨ ਹੈਗਾ ਜੀ ਜੋ ਵੀ ਆਪਣਾ ਹੁੰਦਾ ਆਪਾਂ ਦੇ ਰਹੇ ਹਾਂ ਜਿੱਥੇ ਸਾਨੂੰ ਜ਼ਰੂਰਤਮੰਦ ਕੋਈ ਪਰਿਵਾਰ ਲੱਗਦਾ ਹੈ ਜਿਹੜੀ ਜਿਹੜੀ ਸਾਨੂੰ ਸਹਾਇਤਾ ਹੁੰਦੀ ਆਪਾਂ ਸਾਰੇ ਦੀ ਕਰਦੇ ਪਏ ਹਾਂ ਜੀ ਠੀਕ ਹੈ ਜੀ ਅਤੇ ਬਾਕੀ ਚਲੋ ਸਰਕਾਰ ਵੀ ਬਹੁਤ ਕਰ ਰਹੀ ਹੈ ਕੋਈ ਐਸੀ ਗੱਲ ਨਹੀਂ ਹੈਗੀ ਅਤੇ ਕੋਈ ਲੋਕ ਜਿਹੜੇ ਝੂਠੀਆਂ ਹਵਾਵਾਂ ਫੈਲਾਉਂਦੇ ਵੀ ਸਾਡੇ ਕੋਲ ਕੁਛ ਨਹੀਂ ਹੈਗਾ ਉਹ ਝੂਠੀਆਂ ਹਵਾਵਾਂ ਨਾ ਫੈਲਾਉਣ ਠੀਕ ਹੈ ਜੀ ਕਿੰਨੇ ਇਹ ਸਾਨੂੰ ਅੱਜ ਜੀ 22-23 ਦਾ ਸ਼ੁਰੂ ਕੀਤਾ ਇਹ ਜੀ ਰਾਸ਼ਨ 'ਚ ਕੀ ਆਟਾ ਦੇ ਰਿਹਾ ਜੀ 5 ਕਿਲੋ ਬਾਸਮਤੀ ਚੌਲ ਦੇ ਰਿਹਾ ਜੀ ਅਤੇ 1 ਕਿਲੋ ਦਾਲ ਦੇ ਰਿਹਾ ਜੀ ਅਸੀਂ ਹੁਣ ਛੋਟੇ ਨਸ਼ਹਿਰੇ ਗਏ ਸੀਗੇ ਤਾਂ ਸੰਧੂ ਕਲੋਨੀ ਵਿੱਚ ਜੋੜ ਜੋ ਸਾਨੂੰ ਵੀ ਲੱਗਦਾ ਹੈਗਾ ਕਿ ਵਾਕਿਆ ਇਸ ਪਰਿਵਾਰ ਦੀ ਹੈਲਪ ਕਰਨੀ ਚਾਹੀਦੀ ਹੈ ਆਪਾਂ ਉਸ ਪਰਿਵਾਰ ਦੀ ਹੈਲਪ ਕਰਦੇ ਪਏ ਹਾਂ ਜੀ ਅਸੀਂ ਜੀ ਟੋਟਲ 500 ਪਰਿਵਾਰਾਂ ਦਾ ਬਣਾਇਆ ਹਿਸਾਬ ਤਾਂ ਕਿ ਅਸੀਂ 500 ਲੋਕਾਂ ਨੂੰ ਆਪਾਂ ਰਾਸ਼ਨ ਪਹੁੰਚਾਵਾਂਗੇ ਜੀ ਸਰ ਉਹ ਵੀ ਇਹੀ ਕੰਮ ਜੀ ਉਹਨਾਂ ਦਾ ਵੀ ਇਹੀ ਕੰਮ ਹੈ ਜੀ ਉਹ ਵੀ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਕਿ